ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਸਿੰਘ ਖਾਲਿਸਤਾਨੀ, ਜਥਾ ਸ਼ੇਜ ਨੂੰ ਭਿੰਡਰਾਲੇ ਅਤੇ ਅਕਾਲ ਖਾਲਸਾ ਦਲ ਦਾ ਮੀਤ ਪ੍ਰਧਾਨ। ਬੇਨਤੀ ਇੱਦਾਂ ਜੀ, ਜਲਿਆਂਵਾਲੇ ਬਾਗ ਦੇ ਉੱਤੇ ਜੀ ਇਹ ਸਰਕਾਰ ਐਡੀ ਭੁੱਖੀ ਡੰਗੀ ਹੋ ਗਈ ਆ ਜੀ, ਇਹਨਾਂ ਕੋਲ ਇੰਨੇ ਕੁ ਪੈਸੇ ਮੁੱਕ ਗਏ ਆ ਵੀ ਇਹ ਹੁਣ ਲੋਕਾਂ ਕੋਲ ਸ਼ਹੀਦਾਂ ਦੀਆਂ ਗ੍ਰਾਹੀਆਂ ਕਰਕੇ ਆਪਣੇ ਢਿੱਡ ਪਾਲਣਾ ਚਾਹੁੰਦੇ ਆ ਜੀ। ਉਹ ਵੀ ਸ਼ਰਮ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਜੀ, ਜਿੱਥੇ ਇੰਨੇ ਸ਼ਹੀਦ ਹੋਏ ਹਨ ਉਹਦੇ ਵਿੱਚ ਪੰਜਾਬੀ, ਪੰਜਾਬ ਦੇ ਮੁਸਲਮਾਨ ਵੀ ਬਹੁਤ ਆਉਂਦੇ ਆ, ਸਾਰੇ ਉੱਥੇ ਸ਼ਹੀਦ ਹੋਏ ਆ ਜਲਿਆਂਵਾਲੇ ਬਾਗ ਦੇ ਵਿੱਚ ਜੀ। ਅਤੇ ਜੇ ਉੱਥੇ ਸ਼ਰਮ ਆਉਣੀ ਚਾਹੀਦੀ ਵੀ ਉੱਥੇ ਟਿਕਟ ਲਾ ਕੇ ਅਤੇ ਆਪਾਂ ਉੱਥੇ ਵਿਖਾਵਾ ਕਰਨ ਦੀ ਕੋਸ਼ਿਸ਼ ਕਰਨ ਡਿਆ ਟਿਕਟ ਲਾ ਕੇ, ਬਾਹਰ ਕੀ ਮੈਸੇਜ ਭੇਜਦੇ ਪਏ ਹਾਂ ਵੀ ਉਹਨਾਂ ਸ਼ਹੀਦਾਂ ਦੀ ਜਿਹੜੇ ਸ਼ਹੀਦ ਹੋਏ ਆ ਜਿਹੜੇ ਉੱਥੇ ਪੰਜਾਬ ਦੇ ਲੋਕ, ਜਿਹੜੇ ਆਪਣੇ ਭਾਰਤ ਦੇ ਲੋਕ ਜਿਹੜੇ ਸ਼ਹੀਦ ਹੋਏ ਉੱਥੇ ਜੀ, ਉਹਨਾਂ ਦੇ ਉੱਤੇ ਰੋਟੀਆਂ ਸੇਕਣਾ ਚਾਹੁੰਦੇ ਆ ਅਤੇ ਉਹਦੇ ਉੱਤੇ ਜਿਹੜੇ ਪੈਸੇ ਕਮਾ ਕੇ ਆਪਣੇ ਟੱਬਰ ਪਾਲਣਾ ਚਾਹੁੰਦੇ, ਸ਼ਰਮ ਕਰੋ। ਮੈਂ ਨਾ ਸ਼ਰਮ ਹੀ ਆ ਹੋਣੀ ਚਾਹੀਦੀ ਤੁਹਾਨੂੰ, ਅਤੇ ਮੈਂ ਬੇਨਤੀ ਕਰਦਾ ਵਾਂ ਆੜੇ ਬੱਚੇ ਛੋਟੇ ਛੋਟੇ ਆ ਜਿਨ੍ਹਾਂ ਨੇ ਭਾਵੁਕ ਹੋ ਕੇ ਜੀ ਜਿਹੜਾ ਐਡਾ ਵਧੀਆ ਪ੍ਰੋਗਰਾਮ ਕੀਤਾ ਵਾ, ਜੇ ਪ੍ਰਸ਼ਾਸਨ ਜੀ 5 ਮੋਮੈਂਟ ਦਿੱਤੇ ਆ ਜੀ, ਅਤੇ ਡੀ ਸੀ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਵੀ ਇੱਦਾਂ ਕਰੋ ਅਸੀਂ ਆਪਣੀ ਗੱਡੀ 'ਚ ਤੁਹਾਨੂੰ ਚੰਡੀਗੜ੍ਹ ਲੈ ਕੇ ਚੱਲਾਂਗੇ ਜੀ, ਅਤੇ ਤੁਹਾਡੀ ਉੱਥੇ ਡਾਇਰੈਕਟਰ ਨਾਲ ਗੱਲ ਕਰਾਉਂਦੇ ਹਾਂ ਜੀ। ਅੱਜ ਘੱਟੋ ਘੱਟ ਮਹੀਨਾ ਚੱਲਿਆ ਪਹਿਲੀ ਤਰੀਕ ਤੋਂ ਲੈ ਕੇ ਹੁਣ, ਫਿਰ ਅੱਜ 13 ਤੋਂ ਬਾਅਦ 15-16 ਚੱਲੀ ਆ ਜੀ, ਕਿਸੇ ਦਾ ਫੋਨ ਨਹੀਂ ਆਇਆ, ਡੀ ਸੀ ਦਾ ਕਿਸੇ ਦਾ ਕੁਛ ਨਹੀਂ ਆਇਆ ਜੀ। ਇਹ ਤਾਂ ਮਾਹੌਲ ਖਰਾਬ ਸਰਕਾਰ ਕਰਨ ਡਈ ਆ, ਪ੍ਰਸ਼ਾਸਨ ਕਰਨ ਡਿਆ ਹੈਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਜੀ। ਜੇ ਚੰਡੀਗੜ੍ਹ ਨਾਲ ਲੈ ਕੇ ਗਏ ਹੁੰਦੇ ਜੀ, ਉੱਥੇ ਚੰਡੀਗੜ੍ਹ ਜਾ ਕੇ ਜੀ ਉੱਥੇ ਡਾਇਰੈਕਟਰ ਨਾਲ ਗੱਲ ਕੀਤੀ ਹੁੰਦੀ ਜੀ, ਅੱਜ ਆ ਜਿਹੜੇ ਮੁੰਡੇ ਛੋਟੇ ਛੋਟੇ ਆ ਜਿਨ੍ਹਾਂ ਨੇ ਇਹ ਕਾਰਵਾਈ ਪਾਈ ਆ ਬੁੱਤਾਂ ਤੋੜਨ ਦੀ ਜੀ, ਅਤੇ ਇਹ ਕਾਰਵਾਈ ਨਹੀਂ ਪੈਣੀ ਜੀ ਜੀ। ਮੈਂ ਬੇਨਤੀ ਕਰਦਾ ਇਹਨਾਂ ਜਿਹੜੇ ਬੱਚੇ ਹੈਗੇ ਛੋਟੇ ਛੋਟੇ ਪੰਜਾਬ ਦੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਵਾਂ ਵੀ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨੂੰ ਢਾਉਣਾ ਨਹੀਂ ਆ, ਜੇ ਢਾਉਣ ਦਾ ਮਸਲਾ ਹੱਲ ਹੁੰਦਾ, ਢਾਉਣਾ ਤਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਜੀ। ਪ੍ਰਸ਼ਾਸਨ ਦੇ ਉੱਤੇ ਦਬਾਅ ਪਾਇਆ ਜਾਵੇ ਵੀ ਇਹਨਾਂ ਨੂੰ ਚੁੱਕ ਕੇ ਅਤੇ ਜਾਂ ਕਤਵਾਲੀ ਦੇ ਅੰਦਰ ਇੱਥੇ ਆਪਣਾ ਲਾ ਦਿੱਤੇ ਜਾਣ ਜੀ, ਹਾਂਜੀ, ਅਤੇ ਜੋ ਭੰਗੜੇ ਉੱਥੇ ਪੈਣ ਡੇ ਆ ਉਹ ਕਤਵਾਲੀ 'ਚ ਪਾਉਣ, ਆਪਣਾ ਪ੍ਰਸ਼ਾਸਨ ਇੱਥੇ ਪਾਇਆ ਕਰੇ ਹਾਂ ਜੀ, ਉੱਥੇ ਕੋਈ ਪਾਉਣ ਡਿਆ ਆਪਣਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਸਤੇ ਦੇ ਵਿੱਚ ਕਿਉਂ ਭੰਗੜੇ ਪਾਉਣ ਡਿਆ ਲੋਕਾਂ ਦੇ ਕੋਲੋਂ ਜੀ, ਇਹ ਕਤਵਾਲੀ ਦੇ ਵਿੱਚ ਲਾ ਕੇ ਇੱਥੇ ਭੰਗੜੇ ਪਾਉਣ ਜੀ। ਕਹਿੰਦੇ ਨੇ ਕਚਹਿਰੀਆਂ 'ਚ ਮੇਲਾ ਲੱਗਦੇ ਅਤੇ ਇੱਥੇ ਮੇਲੇ ਲਾਓ ਆਪਣਾ ਉੱਥੇ ਕਿ ਲਾਉਂਦੇ ਮੇਲੇ। ਆਖਰੀ ਨਿਗਾਹ ਸਵਾਲ ਹੈ, ਜਿਹੜਾ ਊਧਮ ਸਿੰਘ ਦਾ ਉੱਥੇ ਬੁੱਤ ਲੱਗਾ ਆ ਅਤੇ ਉਹਨੂੰ ਉਹਨੇ ਇੱਕ ਟਿਕਟ ਕਰਨਾ, ਉਹ ਢੱਕਿਆ ਵੀ ਜਾਣ ਡਿਆ, ਉੱਥੇ ਕੋਈ ਤੁਹਾਨੂੰ ਇਤਰਾਜ਼ ਹੈ? ਬਾਬਾ ਜੀ ਤਰਾਜ਼ ਸ਼ਹੀਦਾਂ, ਕੋਈ ਸ਼ਹੀਦ ਹੋਵੇ, ਭਗਤ ਸਿੰਘ ਸ਼ਹੀਦ ਹੋਇਆ, ਮਦਨ ਲਾਲ ਢੀਂਗਰਾ ਸ਼ਹੀਦ ਹੋਇਆ, ਚੰਦਰ ਸ਼ੇਖਰ ਆਜ਼ਾਦ ਸ਼ਹੀਦ ਹੋਇਆ, ਇਹ ਸਾਰੇ ਸ਼ਹੀਦ ਹੈਗੇ ਨੇ ਜੀ। ਇਹਦੇ ਉੱਤੇ ਜੇ ਕੋਈ ਇੱਧਰ ਅਮਰੀਕਾ ਉਹਨੂੰ ਢੱਕ ਦਿੰਦਾ ਵਾ ਤਾਂ ਇਹ ਤੋਂ ਪ੍ਰਸ਼ਾਸਨ ਦੀ ਬੇਸ਼ਰਮੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਉਹ ਬੇਸ਼ਰਮ ਬੰਦਾ ਵਾ ਜਿਹਨੇ ਇਹਨੂੰ ਢਕਾਇਆ ਵਾ, ਸ਼ਹੀਦ ਊਧਮ ਸਿੰਘ ਉੱਥੋਂ ਟਿਕਟ ਕਰ ਹਟਣਾ ਚਾਹੀਦਾ। ਬਾਬਾ ਜੀ ਮੈਂ ਨਾ ਉਹਦੇ ਉੱਤੇ ਕੋਈ ਪੈਸਾ ਵੀ ਨਹੀਂ ਲੱਗਣਾ ਚਾਹੀਦਾ, ਓਕੇ, ਕੋਈ ਟਿਕਟ ਨਹੀਂ ਲੱਗਣੀ ਚਾਹੀਦੀ। ਕੀ ਕਰ ਅੰਦਰ ਹੈ ਕੀ ਆ? ਇੱਕ ਖੂਹ ਹੈਗਾ ਅਤੇ ਉਹ ਨਿਸ਼ਾਨ ਗੋਲੀਆਂ ਦੇ, ਇੱਕ ਲਾਟ ਬਣਾਈ ਹੋਈ ਆ, ਉਹ ਸਿਰਫ ਇੱਕ ਲਾਟ ਵਿਖਾਉਣ ਲਈ ਇਹਨਾਂ ਪੈਸੇ ਲਈ ਜਾਂਦੇ ਆ। ਲੋਕਾਂ ਬੜੇ ਬਲੇਮ ਲਾਏ, ਖੂਹ 'ਚ ਲੱਖਾਂ ਰੁਪਏ ਹੁੰਦੇ, ਰੋਜ਼ ਲੋਕ ਮੱਥਾ ਟੇਕ ਜਾਂਦੇ, ਇੱਦਾਂ ਕੋਈ ਹਿਸਾਬ ਨਹੀਂ ਹੁੰਦਾ, ਇਹਦੇ ਬਾਰੇ ਕੁਛ ਕਹਿਣਾ? ਬੇਨਤੀ ਆ, ਵੇਖੀ ਵੇਖੋ ਜੀ, ਇਹਦੇ ਭਾਵਨਾਵਾਂ ਜੀ, ਲੋਕਾਂ ਦੀ ਦਰਦ ਭਾਵਨਾ ਜਿਹੜੀਆਂ ਹੈਗੀਆਂ ਉਹ ਡੋਲ ਡੋਲ ਜਾਂਦੇ ਹੋਣਗੇ ਜੇ ਉੱਥੇ ਪੈਂਦੇ ਵੀ ਇੱਧਰ, ਮੇਰੀ ਗੱਲ ਸੁਣੋ ਜੀ, ਇਹ ਤਾਂ ਆਪਣਾ ਕੀ ਕਹਿੰਦੇ ਹੁੰਦੇ ਆ ਭਾਵਨਾ ਦੇ ਵਿਚਾਰ ਹੈਗਾ, ਦਰਦ ਹੁੰਦਾ ਵਾ ਜੀ। ਜਿੰਨੇ ਜਲਿਆਂਵਾਲੇ ਬਾਗ ਜਾਣਾ ਵਾ ਉਹਨੇ ਉੱਥੋਂ ਇਹ ਗੋਲੀਆਂ ਦੇ ਨਿਸ਼ਾਨ ਵੇਖਣੇ ਆ, ਉਹਨੇ ਉਹ ਬੋਰਡ ਪੜ੍ਹਨਾ ਵੀ ਆ ਫਿਰ ਤਾਂ ਕਿੰਨੇ ਸ਼ਹੀਦ ਹੋਏ ਆ ਜੀ, ਹੈ ਤਾਂ ਇਹੋ ਕੁਛ ਹੀ ਆ ਨਾ ਉੱਥੇ ਜੀ, ਲਾਟ ਆ ਤਾਂ ਹੋਰ ਕੀ ਆ, ਫੁੱਲ ਬਾਗ ਬੂਟੇ ਹੈਗੇ ਤਾਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਪਈਆਂ ਵਾ ਜੀ, ਠੀਕ ਆ ਵਾਹਿਗੁਰੂ ਜੀ ਜੀ। ਅਤੇ ਜਿਹੜਾ ਵੀ ਜਾਂਦਾ ਇਹੋ ਚੀਜ਼ਾਂ ਵੇਖਣ ਜਾਂਦਾ ਵਾ ਅਤੇ ਜੇ ਉਹਦੇ ਉੱਤੇ ਵੀ ਸਰਕਾਰ ਟੈਕਸ ਲਾਉਂਦੀ ਆ ਜਾਂ ਟਿਕਟ ਲਾਉਂਦੀ ਆ ਤਾਂ ਮੈਂ ਨਾ ਇਹ ਬਦਲ